ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਸਤਿ ਸ਼੍ਰੀ ਅਕਾਲ ਚਾਵਲਾ ਸਾਹਿਬ, ਸਤਿ ਸ਼੍ਰੀ ਅਕਾਲ ਸਰ ਦਰਸ਼ਕਾਂ ਸਰੋਤਿਆਂ ਨੂੰ ਜੀ ਧੰਨਵਾਦ। ਸਤਿ ਸ਼੍ਰੀ ਅਕਾਲ ਅੰਜੂ ਜੀ। ਜੀ ਅੰਜੂ ਜੀ ਵੱਲੋਂ ਵੀ ਆਪ ਜੀ ਨੂੰ ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਅਕੀਤਾ ਸਾਹਿਬ ਜੀ। जी दुनिया की कोई खबर है, वेखो हुण करोना आया सी ते करोना दीआं खबरां सीगीआं। जे साडे उत्थे किसान बैठे सी ते लगातार ट्रैक्टर टू चॉपर तक हो गया, ट्रैक्टर टू मतलब जो भी सीगी ट्राली टू मतलब चल पिया, जिहड़ा मैगजीन निकलिया, अखबारां निकल आईआं, हर एंगल तो कैमरे पक्के फिट कर दित्ते गए। पल पल दी खबर उत्थों जिहड़ी है आउंदी सीगी, नेता ने आ कहता, नेता ने वह कह दिता, देशों विदेशों के रैलियां, कितने तू तू कितने मैं कितने गल पैन तक दिया नौबतं। हुण सारिया करोना ने भी ठप, करोना दी खबरां भी जिहड़ियां ने वह एक साइड ते लग गई ने, जिदा लगता कि कितने करोना है ही नहीं, पर जो मास्क पा के निकलीदा उदो पता लगता है। जां जदों ये खबरां पढ़दे आ कि अज इन्नी डैथ हो गई ने, आ कुछ हो गया, आ पाबंदियां चुकी गई, भी ये बला अज जींदी है। पर दुनिया के उत्ते जो अज एक होर चिंता का विषय है, जिसनों लैके अज जे वेख्या जाए तो रूस तो जिहड़ियां ने खबर आ रही ने कोई सही नहीं आ रही, क्योंकि उन्होंने जिहड़े परमाणु हथियार ने वह अपने हाँ जी एक्शन मोड ते लाए हुए ने, किसी वक्त भी कुछ भी हो सकता। पर संयुक्त राष्ट्र की 193 मैंबरी जनरल असैम्बली यूक्रेन खिलाफ मता पास होया। 141 मुल्कां ने पाई वोट रूस के विदेश मंत्री सरगेई लावरो वालों परमाणु हमले की धमकी जो यूक्रेन दे विच हुई है रूस के खिलाफ। हाँ जी, मता पास होया, जिहड़ा की कहना चाहोगे? हाँ चाड़ा साहब, जिहड़ा सरगेई हैगा ना, रूस का विदेश मंत्री हैगा, ते उसने आपां चर्चा की सी कल अपने प्रोग्राम दे विच, उस बंदे ने कहता कि अगली विश्व युद्ध वल वध रहे हां असीं, विश्व युद्ध हो सकदा है, ਉਹਦੇ ਵਿੱਚ ਪਰਮਾਣੂ ਬੰਬ ਵੀ ਚੱਲਣਗੇ, ਪਰਮਾਣੂ ਦਾ ਬਹੁਤ ਵੱਡੇ ਪੱਧਰ ਤੇ ਉਹਦਾ ਇਸਤੇਮਾਲ ਹੋਵੇਗਾ, ਤੇ ਇਹ ਚਿੰਤਾ ਜ਼ਾਹਰ ਕਰਨ ਵਾਲੀ ਗੱਲ ਸੀਗੀ। ਤੇ ਇਸ ਸੰਬੰਧ ਵਿੱਚ ਕੱਲ੍ਹ ਜਿਹੜੇ ਹੈਗੇ ਸੀ ਨਾ ਜੀ, ਸੰਯੁਕਤ ਜਿਹੜਾ ਹੈਗਾ ਸੰਯੁਕਤ ਰਾਸ਼ਟਰ ਦਾ ਨਾ ਇੱਕ ਜਰਨਲ ਇਹ ਬਣਿਆ ਹੋਇਆ, 193 ਮੈਂਬਰੀ ਇਹ ਜਰਨਲ ਹਾਊਸ ਹੈਗਾ, ਕਈ ਬਹੁਤ ਸਾਰੇ 193 ਮੁਲਕ ਵਿੱਚ ਹੈਗੇ ਆ, ਜਿਹੜੇ ਕਿ ਜਦੋਂ ਨਾ ਉਹ ਹੋਇਆ ਸੀ ਵਰਲਡ ਵਾਰ ਹੋਈ ਸੀ, ਉਸ ਤੋਂ ਬਾਅਦ ਲੋੜ ਪੈ ਗਈ ਸੀ ਇਕੱਠੇ ਹੋਣ ਦੀ, ਮੁਲਕਾਂ ਨੂੰ ਤਾਂ ਇਕੱਠੇ ਹੋ ਗਏ ਸੀਗੇ, ਕਦੇ ਕਦੇ ਇਕੱਠੇ ਹੋ ਜਾਂਦੇ ਆ, ਕਦੇ ਕਦੇ ਕੋਈ ਗੱਲ ਕਰ ਲੈਂਦੇ ਆ, ਤੇ ਹੁਣ ਵੱਡਾ ਮੁੱਦਾ ਸੀਗਾ, ਇਸ ਕਰਕੇ ਇਕੱਠੇ ਹੋਏ ਨੇ, ਮੀਟਿੰਗ ਕੀਤੀ ਆ, ਤੇ ਮੀਟਿੰਗ ਦੇ ਵਿੱਚ ਇਕੱਠੇ ਮੁਲਕਾਂ ਨੇ ਕੋਈ ਵਰਚੁਅਲੀ ਹੋਇਆ ਮੀਟਿੰਗ, ਵੈਸੇ 141 ਮੈਂਬਰਾਂ ਨੇ ਰੂਸ ਦੇ ਖਿਲਾਫ਼ ਮਤਾ ਜਿਹੜਾ ਪੇਸ਼ ਕੀਤਾ ਗਿਆ ਉਹਦੇ ਉੱਪਰ ਸਾਈਨ ਕੀਤੇ ਆ, ਉਹਦੇ ਉੱਪਰ ਸਹਿਮਤੀ ਪ੍ਰਗਟ ਕੀਤੀ ਆ, 5 ਮੁਲਕਾਂ ਨੇ ਵਿਰੋਧਤਾ ਪ੍ਰਗਟ ਕੀਤੀ ਆ, ਤੇ ਤਕਰੀਬਨ ਜਿਹੜੇ 35 ਮੈਂਬਰ ਹੈਗੇ, 35 ਮੁਲਕ ਜਿਹਨਾਂ ਵਿੱਚ ਭਾਰਤ ਸ਼ਾਮਿਲ ਹੈ, ਉਹਨਾਂ ਨੇ ਇਸ ਤੇ ਗੈਰ ਹਾਜ਼ਰੀ ਦਰਸਾਈ ਹੈ, ਤੇ ਰੂਸ ਦੇ ਖਿਲਾਫ਼ ਐਡਾ ਵੱਡਾ ਜਿਹੜਾ ਕਿ ਗੱਲ ਹੋਣੀ ਤਾਂ ਕੋਈ ਮਾਮੂਲੀ ਗੱਲ ਨਹੀਂ ਹੈਗੀ, ਤੇ ਭਾਵੇਂ ਕਿ ਜਿਹੜਾ ਵਲਾਦੀਮਿਰ ਜ਼ੇਲੈਂਸਕੀ ਹੈਗਾ ਉਹਦਾ ਯੂਕਰੇਨ ਦਾ ਰਾਸ਼ਟਰਪਤੀ, ਉਹ ਕਹਿੰਦਾ ਹੈ ਕਿ ਅਸੀਂ ਵੀ ਘੱਟ ਨਹੀਂ ਕਰ ਰਹੇ, ਬੇਸ਼ੱਕ ਸਾਡਾ ਨੁਕਸਾਨ ਹੋ ਰਿਹਾ, ਅਸੀਂ ਵੀ 6,000 ਦੇ ਕਰੀਬ ਫੌਜੀ ਰੂਸ ਦੇ ਮਾਰ ਚੁੱਕੇ ਹਾਂ, ਤੇ ਉਹ ਰੂਸ ਦਾਅਵਾ ਕਰ ਰਿਹਾ ਕਿ ਅਸੀਂ ਵੀ 1-2 ਜਿਹੜੇ ਸ਼ਹਿਰ ਹੈਗੇ ਆ ਤੇ ਕਬਜ਼ਾ ਕਰ ਲਿਆ ਸੀ, ਤੇ ਅੱਗੇ ਵੱਧ ਰਹੇ ਹਾਂ ਅਸੀਂ। ਦੋਵਾਂ ਮੁਲਕਾਂ ਦੇ ਵਿੱਚ ਹੁਣ ਇੱਕ ਤਰ੍ਹਾਂ ਦਾ ਇੰਜ ਲਾ ਲਓ ਵੀ ਜਿਹੜਾ ਇਹਨਾਂ ਤੇ ਬੜਾ ਬੜਾ ਵੱਡਾ ਵਿਸ਼ਵ ਤੇ ਬੜਾ ਵੱਡਾ ਅਸਰ ਹੋਣ ਵਾਲਾ ਹੈਗਾ, ਜਿਹੜੇ ਇਹ ਸੰਯੁਕਤ ਰਾਸ਼ਟਰ ਜਿਹੜਾ ਇਕੱਠਾ ਹੋਇਆ ਨਾ ਜੀ, ਇਹ ਇਸ ਕਰਕੇ ਵਿਸ਼ਵ ਦੇ ਉੱਪਰ ਬੜਾ ਵੱਡਾ ਖਤਰਾ ਮੰਡਰਾਉਣ ਲੱਗ ਪਿਆ, ਤੇ ਸੌਖਾ ਜਾ ਨਹੀਂ ਹੈਗਾ। ਕਹਿੰਦੇ ਵੀ ਲਿਖੋ ਯੁੱਧਾਂ ਜੰਗਾਂ ਦੇ ਵਿੱਚ ਅਵਲਾ ਸਾਹਿਬ ਏਦਾਂ ਹੀ ਹੁੰਦਾ ਹੁੰਦਾ, ਤੁਸੀਂ ਵੀ ਸਿਆਣੇ ਹੋ, ਤੁਸੀਂ ਵੀ ਬਹੁਤ ਦੇਰ ਤੋਂ ਪੱਤਰਕਾਰੀ ਵਿੱਚ ਹੈਗੇ ਹੋ, ਤੇ ਜਦੋਂ ਵੀ ਕੋਈ ਜੰਗ ਯੁੱਧ ਲੱਗਦਾ ਤੇ ਉਹਦੇ ਵਿੱਚ ਏਦਾਂ ਹੀ ਹੁੰਦਾ ਹੁੰਦਾ, ਤੇ ਪਤਾ ਨੀ ਕਿਹੜੇ ਪਾਸੇ ਨੂੰ ਗੇੜਾ ਕੱਢ ਦੇਵੇ ਉਹ ਯੁੱਧ, ਤੇ ਪਤਾ ਲੱਗਦਾ ਕਿਹੜੇ ਪਾਸੇ ਨੂੰ ਆ ਜਾਵੇ ਲੈਣ, ਕਿਹੜੇ ਪਾਸੇ ਜਾਵੇ, ਤਾਂ ਉਹ ਹੁਣ ਇੱਧਰੋਂ ਚੱਲ ਰਿਹਾ। ਰੂਸ ਨੂੰ ਸੋਚਣਾ ਹੋਏਗਾ ਕਿ ਮੈਂ ਕੀ ਕਰ ਰਿਹਾ, ਉਹਨੂੰ ਸੋਚਣਾ ਹੋਏਗਾ, ਭਾਵੇਂ ਕਿ ਜਿਹੜਾ ਅਮਰੀਕਾ ਦਾ ਰਾਸ਼ਟਰਪਤੀ ਹੈਗਾ ਜੋ ਬਾਈਡਨ, ਉਹਨੇ ਕਿਹਾ ਕਿ ਤਾਨਾ ਸ਼ਾਹ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਖਤਰਨਾਕ ਨੇ, ਉਹਨੂੰ ਭੁਗਤਣਾ ਪਵੇਗਾ। ਜੀ, ਦੁਨੀਆ ਅਮਰੀਕਾ ਨੂੰ ਤਾਨਾ ਸ਼ਾਹ ਕਹਿ ਰਹੀ ਆ, ਉਹ ਰੂਸ ਨੂੰ ਤਾਨਾ ਸ਼ਾਹ ਕਹਿ ਰਿਹਾ, ਉੱਧਰ ਚਾਈਨਾ ਉਹਨਾਂ ਦੇ ਨਾਲ ਆ ਕੇ ਖੜਾ ਹੋ ਗਿਆ। ਕੁਝ ਕਹਾਣੀ ਉਲਝਦੀ ਜਿਹੜੀ ਹੈ ਨਜ਼ਰ ਆ ਰਹੀ ਹੈ, ਜਿਹੜੀ ਬਿਆਨਬਾਜ਼ੀ ਆਈ ਹੈ ਉਹ ਵੀ ਤੁਹਾਨੂੰ ਪਤਾ ਹੀ ਹੈ, ਕੋਈ ਸਿੰਪਲ ਜੀ ਨਹੀਂ, ਛੋਟੀ ਜੀ ਗੱਲ ਨਹੀਂ ਗੀ। ਜਿਹੜਾ ਇਹ ਬਿਆਨ ਦਿੱਤਾ ਉਹਨਾਂ ਨੇ ਸਰਗੇਈ ਲੇਵਰੋਵ ਨੇ ਕਿ ਇਹ ਪਰਮਾਣੂ ਚੱਲਣਗੇ, ਲੱਗਦਾ ਹੈ ਕਿ ਉਹ ਐਕਸ਼ਨ ਲੈਣ ਵਾਲੇ ਨੇ, ਕਿਉਂਕਿ ਹੁਣ ਜਿੱਦਾਂ ਵੇਖਿਆ ਜਾਵੇ ਤਾਂ ਜਿਹੜਾ ਕੀਵ ਨੂੰ ਘੇਰਿਆ ਹੋਇਆ ਇਹਨਾਂ ਨੇ, ਔਰ ਕੀਵ ਦੇ ਵਿੱਚ ਫਸੇ ਭਾਰਤੀਆਂ ਨੂੰ ਲਗਾਤਾਰ ਭਾਰਤੀ
ਜਿਹੜਾ ਹੈ ਪ੍ਰਸ਼ਾਸਨ ਕਹਿ ਰਿਹਾ ਕਿ ਨਿਕਲ ਆਓ ਇੱਕ ਘੰਟੇ ਵਿੱਚ ਦੂਜੀ ਐਡਵਾਈਜ਼ਰੀ ਹੈ। ਕਿਤੇ ਨਾ ਕਿਤੇ ਜਿਹੜਾ ਹੈ ਉਹਨਾਂ ਨੂੰ ਇੰਝ ਲੱਗਦਾ ਹੈ ਕਿ ਕੋਈ ਵੱਡਾ ਕਾਂਡ ਜਿਹੜਾ ਉਹ ਹੋਰ ਹੋ ਸਕਦਾ। ਭਾਰਤ ਵਿੱਚ ਰੂਸ ਦੇ ਨਾਮਜ਼ਦ ਨੇ ਰਾਜਦੂਤ ਡੈਨਿਸ ਅਲੀਪੋਵ ਨੇ ਕਿਹਾ ਕਿ ਭਾਰਤੀਆਂ ਨੂੰ ਯੂਕਰੇਨ ਤੋਂ ਸੁਰੱਖਿਆ ਕੱਢਣ ਲਈ ਉਹ ਭਾਰਤ ਸਰਕਾਰ ਦੇ ਸੰਪਰਕ ਵਿੱਚ ਹਨ। ਕੀ ਕਹਿਣਾ ਚਾਹੋਗੇ? ਹਾਂ ਚਾਵਲਾ ਸਾਹਿਬ, ਜਿਹੜਾ ਨਾ ਅਸਲ ਚ ਹੁਣ ਇਹ ਭਾਰਤ ਨੇ ਦੂਜੀ ਐਡਵਾਈਜ਼ਰੀ ਵੀ ਜਾਰੀ ਕਰ ਦਿੱਤੀ ਆ, ਦੂਜੇ ਸਲਾਹ ਦਿੱਤੀ ਆ ਕਿ ਤੁਸੀਂ ਭਾਰਤ ਜਿਹੜੇ ਹੈਗੇ ਆ ਬੱਸੇ ਹੋਏ ਖਾਰਕੀਵ ਤੋਂ ਬਾਹਰ ਆ ਜਾਓ। ਖਾਰਕੀਵ ਦੇ ਉੱਪਰ ਅਟੈਕ ਹੋਇਆ ਰੂਸ ਦਾ, ਮਾਰੇ ਗਏ ਨੇ ਕਾਫੀ ਸਾਰੇ, ਕਾਫੀ ਜਿਹੜੀ ਬਿਲਡਿੰਗਾਂ ਤਬਾਹ ਹੋਈਆਂ ਨੇ। ਰੂਸ ਨੇ ਕਹਿ ਤਾ ਸੀ ਪਹਿਲਾਂ ਖਾਰਕੀਵ ਦੇ ਲੋਕਾਂ ਨੂੰ ਕਿ ਭਾਈ ਤੁਸੀਂ ਬਾਹਰ ਆ ਜਾਓ, ਆਪਣੇ ਘਰਾਂ ਤੋਂ ਬਾਹਰ ਹੋ ਜਾਓ ਤੇ ਕੁਝ ਵੀ ਹੋ ਸਕਦਾ। ਉਸ ਤੋਂ ਤੁਰੰਤ ਬਾਅਦ ਉਹਨੇ ਅਟੈਕ ਕਰਤਾ ਸੀਗਾ ਤੇ ਹੁਣ ਭਾਰਤ ਨੇ ਵੀ ਕਹਿ ਤਾ ਕਿ ਉੱਥੋਂ ਬਾਹਰ ਕਿਸੇ ਵੀ ਤਰੀਕੇ ਨਾਲ ਆ ਜਾਓ। ਤੇ ਕਿਵੇਂ ਆਉਣਗੇ ਉਹ, ਕਿਸ ਤਰ੍ਹਾਂ ਆਉਣਗੇ, ਇਹ ਬੜੀ ਵੱਡੀ ਚੁਣੌਤੀ ਹੈਗੀ ਹੈ ਉਹਨਾਂ ਵਿਦਿਆਰਥੀਆਂ ਵਾਸਤੇ। ਤੇ ਭਾਵੇਂ ਕਿ ਜਿਹੜੇ ਕਿ ਇੱਥੇ ਭਾਰਤ ਵਿੱਚ ਨੇ ਸਾਡੇ ਉੱਥੇ ਨਾਮਜ਼ਦ ਹੈਗੇ ਨੇ ਰੂਸ ਦੇ ਰਾਜਦੂਤ ਹੈਗੇ ਆ ਡੈਨਿਸ, ਉਹਨਾਂ ਨੇ ਭਾਰਤ ਸੰਬੰਧ ਵਿੱਚ ਕਿਹਾ ਕਿ ਅਸੀਂ ਲਗਾਤਾਰ ਸੰਪਰਕ ਵਿੱਚ ਹੈਗੇ ਹਾਂ, ਬੇਸ਼ੱਕ ਮਤਲਬ ਕਿ ਵੀ ਇੱਥੇ ਬੈਠੇ ਅਸੀਂ ਸਲਾਹ ਕਰ ਰਹੇ ਹਾਂ ਵੀ ਕਿਵੇਂ ਕਰਨਾ, ਅਸੀਂ ਰੂਸ ਦੇ ਨਾਲ ਕਿੱਦਾਂ ਕਰਨਾ, ਤੇ ਸਾਡੇ ਸੰਬੰਧ ਅੱਛੇ ਹੈਗੇ ਆ ਭਾਰਤ ਨਾਲ, ਅਸੀਂ ਉਹਨਾਂ ਦੇ ਵਿਦਿਆਰਥੀਆਂ ਨੂੰ ਖਤਰਾ ਨਹੀਂ ਪਹੁੰਚਾਵਾਂਗੇ, ਇਹ ਵੀ ਗੱਲ ਉਹਨੇ ਆਖੀ ਆ। ਤੇ ਮੋਦੀ ਜੀ ਨੇ ਵੀ ਮੀਟਿੰਗ ਇੱਕ ਹੋਰ ਕੀਤੀ ਆ ਪੰਜਵੇਂ ਗੇੜ ਦੀ, ਉੱਚ ਪੱਧਰੀ ਮੀਟਿੰਗ, ਆਪਾਂ ਕੱਲ ਕਹਿ ਰਹੇ ਸੀ ਮੀਟਿੰਗ ਤਾਂ ਹੋਰ ਵੀ ਹੋ ਸਕਦੀਆਂ ਨੇ, ਉਹ ਮੀਟਿੰਗ ਦੀ ਚਰਚਾ ਮੀਡੀਆ ਵਿੱਚ ਕਾਫੀ ਆਈ ਹੈ। ਉਹ ਮੀਟਿੰਗ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਬਿਠਾ ਕੇ ਲੈ ਕੇ ਆਵਾਂਗੇ ਵਿਦਿਆਰਥੀਆਂ ਨੂੰ। ਜੀ, ਭਾਰਤ ਵਿੱਚ ਰੂਸ ਦੇ ਨਾਮਜ਼ਦ ਰਾਜਦੂਤ ਡੈਨਿਸ ਅਲੀ ਜਿਹੜਾ ਹੈ ਅਲੀਪੋਵ ਦਾ ਬਿਆਨ ਸੁਣ ਲਿਆ ਤੁਸੀਂ। ਭਾਰਤ ਚੋਂ ਖਾਰਕੀ ਵਿੱਚ ਫਸੇ ਭਾਰਤੀਆਂ ਨੂੰ ਇੱਕ ਘੰਟੇ 'ਚ ਦੂਜੀ ਐਡਵਾਈਜ਼ਰੀ ਜਾਰੀ ਲਗਾਤਾਰ, ਤੁਰੰਤ ਖਾਲੀ ਕਰੋ, ਨਿਕਲ ਆਓ ਉੱਥੋਂ। ਹਾਂਜੀ ਬਿਲਕੁਲ ਟਾਵਲਾ ਸਾਹਿਬ, ਉਹ ਕਹਿ ਤਾ ਨਾ ਉਹ ਅਸਲ 'ਚ ਉਹ ਬੈਠੇ ਕਿਵੇਂ ਨਿਕਲਣਗੇ ਕਿਵੇਂ ਉਹ, ਅਸਲ 'ਚ ਤਾਂ ਕਹਿ ਭਾਰਤ ਤਾਂ ਕਹਿ ਕੇ ਨਿਕਲ ਆਓ ਉੱਥੋਂ, ਜਿਵੇਂ ਕੀਵ 'ਚੋਂ ਆਖਿਆ ਸੀਗਾ ਨਿਕਲ ਆਓ ਤੁਸੀਂ, ਤੇ ਇਸ ਤਰ੍ਹਾਂ ਹੀ ਉਹ ਖਾਰਕੀਵ ਤੋਂ ਵੀ ਆਖੀ ਜਾਂਦੇ ਆ ਕਿ ਤੁਸੀਂ ਨਿਕਲੋ ਹੁਣ ਕੱਢਣ ਵਾਲਾ ਕੌਣਾ। ਇੱਕ ਗੱਲ ਤਾਂ ਹੈ ਕਿ ਜਿਹੜੀ ਆਪਾਂ ਗੱਲ ਕੀਤੀ ਸੀ ਪਹਿਲਾਂ ਵੀ ਕਿ ਉੱਥੇ ਜਿਹੜੀ ਭਾਰਤੀ ਐਮਬੈਸੀ ਹੈਗੀ ਆ ਉਸ ਦੇ ਉੱਤੇ ਇਲਜ਼ਾਮ ਜ਼ਰੂਰ ਲੱਗ ਰਹੇ ਆ ਕਿ ਉਹ ਸਾਡੀ ਕੋਈ ਮਦਦ ਨਹੀਂ ਕਰ ਰਹੀ, ਵਿਦਿਆਰਥੀ ਕਹਿ ਰਹੇ ਆ ਵੀਡੀਓ ਪਾ ਪਾ ਕੇ ਤੇ ਸਾਡੇ ਕਿਸੇ ਵੀ ਕੰਮ ਦੀ ਨਹੀਂ ਹੈਗੀ, ਇਹਨਾਂ ਅਧਿਕਾਰਾਂ ਨੂੰ ਬਦਲੋ ਤੁਸੀਂ। ਪਰ ਨਾਲ ਹੀ ਉਹਨਾਂ ਨੇ ਵੀ 60 ਦੇ ਕਰੀਬ ਵਿਦਿਆਰਥੀ ਮੋਟਰਸਾਈਕਲਾਂ ਦੇ ਉੱਪਰ ਕੱਢੇ ਨੇ ਉੱਥੋਂ, ਬੜੀ ਵੱਡੀ ਹੈ। ਤੇ ਹੁਣ ਇੱਥੇ ਉਹ ਕਹਿ ਰਹੇ ਨੇ ਕਿ ਤੁਸੀਂ ਜਿਹੜਾ ਇੱਥੋਂ ਬਾਹਰ ਆ ਜਾਓ ਕਿਸੇ ਵੀ ਤਰੀਕੇ ਨਾਲ ਆ ਜਾਓ, ਭਾਵੇਂ ਤੁਸੀਂ ਤੁਰ ਕੇ ਆ ਜਾਓ, ਭਾਵੇਂ ਕੋਈ ਵੀ ਸਾਧਨ ਲੈ ਲਓ, ਉੱਥੇ ਨਾ ਰਹੋ ਤੁਸੀਂ, ਬਾਹਰ ਆ ਜਾਓ। ਤੇ ਹੁਣ ਉਹ ਕੀ ਕਰਨਗੇ ਵਿਦਿਆਰਥੀ ਵਿਚਾਰੇ ਉੱਥੇ ਬੈਠੇ ਨੇ, ਤੇ ਇੱਧਰ ਪੰਜਾਬ 'ਚ ਇੱਧਰ ਭਾਰਤ ਵਿੱਚ ਜਾਨ ਸੁੱਤੀ ਪਈ ਆ ਮਾਪਿਆਂ ਦੀ, ਉੱਧਰ ਵਿਦਿਆਰਥੀ ਉੱਥੇ ਕਿੱਦਾਂ ਬੈਠੇ ਨੇ, ਹੈ ਤਾਂ ਚਾਵਲਾ ਸਾਹਿਬ ਇਹ ਬੜੀ ਜਿਹੜੀ ਕੋਰੋਨਾ ਵਾਲੀ ਗੱਲ ਹੈਗੀ ਹੈ ਜੀ। ਔਰ ਖਾਲਸਾ ਏਡ ਵਾਲੇ ਰਵੀ ਸਿੰਘ ਹੁਣਾਂ ਦੀਆਂ ਮਤਲਬ ਕੁਝ ਲੜਕੀਆਂ ਨੇ ਸਿਫਤਾਂ ਕੀਤੀਆਂ, ਮੈਂ ਵੇਖ ਰਿਹਾ ਸੀ ਵੀਡੀਓ ਦੇ ਵਿੱਚ ਕਿ ਉਹਨਾਂ ਦਾ ਨੰਬਰ ਮਿਲਿਆ, ਉਹਨਾਂ ਨੇ ਉਹਨਾਂ ਲੜਕੀਆਂ ਨੂੰ ਕੱਢਣ ਦੇ ਵਿੱਚ ਮਦਦ ਕੀਤੀ ਹੈ, ਵਰਦੀਆਂ ਗੋਲੀਆਂ ਦੇ ਵਿੱਚ ਵੀ ਉੱਥੇ ਆਪਣੀ ਭੂਮਿਕਾ ਜਿਹੜੀ ਹੈ। ਹਾਂਜੀ ਭਾਈ ਘਨੱਈਆ ਵਾਲਾ ਮਿਸ਼ਨ ਜਿਹੜਾ ਉਹਨਾਂ ਨੇ ਚਾਲੂ ਕੀਤਾ ਹੋਇਆ, ਇਹ ਠੀਕ ਆ, ਕਈ ਉਹਨਾਂ ਨੂੰ ਕ੍ਰਿਟੀਸਾਈਜ਼ ਕਰ ਰਹੇ ਨੇ, ਆਈ ਡੋਂਟ ਨੋ, ਸਾਡਾ ਕਿਤੇ ਇੱਕ ਹੈ ਹੀ ਨਹੀਂ, ਕਿਸੇ ਮੁੱਦੇ 'ਤੇ ਅਸੀਂ ਇੱਕ ਹੈ ਹੀ ਨਹੀਂ, ਹੈ ਨਾ, ਕਿਸੇ ਮਸਲੇ 'ਤੇ ਅਸੀਂ ਇੱਕ ਹੈ ਹੀ ਨਹੀਂ। ਸੋਸ਼ਲ ਨੈਟਵਰਕ ਮੀਡੀਆ ਅੱਜ ਸਾਨੂੰ ਜਿਹੜੀਆਂ ਨੇ ਉਹ ਸੌਂ ਕਨਾਡਾ ਲਾਉਣ ਦੀਆਂ ਜਿਹੜੀਆਂ ਨੇ ਤਾਕਤਾਂ ਦਿੱਤੀਆਂ ਨੇ, ਉਹਨੇ ਪਤਾ ਹੀ ਨਹੀਂ ਅਸੀਂ ਕਿਸੇ ਮਸਲੇ 'ਤੇ ਹੈ ਹੀ ਨਹੀਂ, ਹੌਲੀ 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 ਉਹ ਵੰਡੀਆਂ ਜ਼ਿਆਦੀਆਂ ਪੈ ਰਹੀਆਂ ਨੇ। ਚਲੋ ਕੇਕੜਾ ਦੇਖਿਆ ਸੁਣਿਆ ਨਾ ਤੁਸੀਂ, ਕੇਕੜਾ ਕਾਫੀ ਲੋਕਾਂ ਦੇ ਵਿੱਚ ਫੇਮਸ ਹੈਗਾ ਜਾਨਵਰ, ਉਹਨੂੰ ਨਾ ਕਿਤੇ ਤੁਸੀਂ ਕੜਾਹੇ ਦੇ ਵਿੱਚ ਸੁੱਟ ਦੋ ਕੋਈ 15-20-25 ਕੇਕੜੇ, ਰਾਤ ਨੂੰ ਸ਼ਾਮ ਨੂੰ ਸੁੱਟ ਦੋ, ਤੇ ਸਵੇਰੇ ਤੁਸੀਂ ਬੜੇ ਹੈਰਾਨ ਦੇਖਣਗੇ ਰਿਜ਼ਲਟ ਉਹਦੇ ਕਿ ਹਰ ਇੱਕ ਕੇਕੜੇ ਦੇ ਦੂਜੇ ਦੀ ਲੱਤ ਮੂੰਹ ਚ ਹੋਵੇਗੀ, ਦੂਜੇ ਕੇਕੜੇ ਦੀ, ਕਿਉਂਕਿ ਚੜ੍ਹਨ ਲੱਗਦਾ ਉੱਪਰ ਦੂਜਾ ਕਿਉਂ ਲੱਤ ਪਾ ਲਵਾਂਗੇ ਖੇਡਾ ਗੇਰ ਲੈਂਦਾ। ਤੇ ਇਹ ਇਹ ਸਾਡੇ ਜੇ ਤੁਸੀਂ ਗੱਲ ਆਖੀ ਵਿੱਚ ਇੱਕ ਨੀ ਹੈਗੇ ਇਹੋ ਜੀ ਨੌਬਤ ਵੀ ਸਾਡੇ ਚਾਹੁੰਦੇ ਆ ਕਿ ਦੂਜਾ ਕੰਮ ਕਰਕੇ ਰਿਹਾ ਕੰਮ ਜੀ, ਉਹਦੀ ਮਦਦ ਕਰਨ ਦੀ ਬਜਾਏ ਸਰਾਹਣਾ ਕਰਨ ਦੀ ਬਜਾਏ ਸਗੋਂ ਉਸਨੂੰ ਬੇਟਾ, ਕਿੱਡੀ ਵੱਡੀ ਗੱਲ ਆ ਚਾਵਲਾ ਸਾਹਿਬ ਕਿ ਸਾਡਾ ਜਿਹੜਾ ਕਿ ਸਿੱਖ ਕੌਮ ਹੈਗੀ ਸਿੱਖਾਂ ਦਾ, ਰਵੀ ਸਿੰਘ ਉੱਥੇ ਗਿਆ ਵਿਚਾਰਾ, ਵਧੀਆ ਗੱਲ ਆ, ਉੱਥੇ ਉਹਦੀ ਮਦਦ ਕਰ ਰਹੇ ਨੇ ਰਵੀ ਸਿੰਘ ਵਾਲੇ, ਜਿਹੜੀ ਖਾਲਸਾ ਏਡ ਹੈਗੀ ਆ ਇੱਕ ਚੰਗੀ ਗੱਲ ਹੈਗੀ ਆ, ਪਰ ਉਸ ਨੂੰ ਵੀ ਲੋਕ ਨਹੀਂ ਬਖਸ਼ਦੇ ਸੀ ਜੀ। ਦੋਸਤੋ ਤੁਸੀਂ ਸੁਣਦੇ ਦੇਖਦੇ ਜਾ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, ਮੈਂ ਆਪ ਜੀ ਦਾ ਦੋਸਤ ਹੂੰ ਦਿਲਬਾਗ ਸਿੰਘ ਚਾਵਲਾ, ਮੇਰਾ ਸਾਥ ਦੇ ਰਹੇ ਨੇ ਇਸ ਵਕਤ ਸਰਦਾਰ ਗੁਰਨਾਮ ਸਿੰਘ ਜੀ ਅਕੀਦਾ। ਔਰ ਅਗਰ ਤੁਸੀਂ ਕੋਈ ਸਵਾਲ ਕਰਨਾ ਹੈ 905-813-1320 905-813-1320 'ਤੇ ਕਾਲ ਕਰ ਸਕਦੇ ਹੋ। ਅੱਛਾ ਇੱਕ ਚਲੋ ਰਾਜਨੀਤਿਕ ਲੋਕ ਹੁੰਦੇ ਨੇ, ਉਹਨਾਂ ਨੇ ਹਰ ਵਿਸ਼ੇ ਦੇ ਉੱਤੇ ਰਾਜਨੀਤਿਕ ਲਾਹਾ ਲੈਣਾ ਹੁੰਦਾ ਹੈ। ਪੜ੍ਹ ਰਿਹਾ ਸੀ ਮੈਂ ਜੇ ਸਪੀਚ ਦੇ ਵਿੱਚ ਵੀ ਨਰਿੰਦਰ ਮੋਦੀ ਸਾਹਿਬ ਨੇ ਕਿਹਾ ਹੈ ਕਿ
सोनभद्रा रैली दे विच कि यूक्रेन विच फसे भारतीयों नूं कढ़ना देश की वधदी ताकत का नतीजा है, की कहना चाहोगे? चावला साहब ये आपां चर्चा की जिहड़ा वो जलसंत सिन्हा हैगे ने टीएमसी विच शामिल हो गए थे, उन्होंने इस गल नूं बड़े वड्डे पद्धर से प्रचारिया सी। कल भगवंत मान ने भी इस गल नूं उपर चुक्या कि प्रधानमंत्री जी इस चोणा दे विच रैलियां दे विच इस मुद्दे नूं प्रचार के चोणा दा लाह क्यों लैणा चाहुंदे आ, ते ओ कहिंदे आ कि भारती जिहड़ी जो वध रही है ताकत ते वड्डी गल आ, पहलां भी तां कढे जा चुके ने भारती, ਤੇ ਪਹਿਲਾਂ ਵੀ ਤਾਂ ਭਾਰਤੀ ਨੂੰ ਲੈ ਕੇ ਆਏ ਨੇ ਦੂਜੇ ਮੁਲਕਾਂ ਜਦੋਂ ਮਨਮੋਹਨ ਸਿੰਘ ਸਰਕਾਰ ਸੀ ਉਸ ਤੋਂ ਪਹਿਲਾਂ ਵੀ ਲੈ ਕੇ ਆਏ ਅਫਗਾਨਿਸਤਾਨ, ਕੀ ਉਹਨਾਂ ਨੇ ਪ੍ਰਚਾਰਿਆ ਸੀਗਾ? ਹੁਣ ਜਿਹੜੇ ਸੈਲਫੀਆਂ ਖਿੱਚ ਰਹੇ ਨੇ ਭਾਜਪਾ ਦੇ ਆਗੂ ਜਦੋਂ ਜਹਾਜ਼ ਉੱਤਰ ਲਿਆ, ਪਹਿਲਾਂ ਪਤਾ ਚੁੱਪ ਚੁਪਿੱਤੇ ਆ ਗਏ ਸੀ ਭਾਰਤੀ ਇੱਥੇ ਮਨਮੋਹਨ ਸਿੰਘ ਲੈ ਕੇ ਆਇਆ ਸੀ, ਫਰਜ਼ ਹੈ ਸਰਕਾਰ ਦਾ ਫਰਜ਼ ਹੈ, ਮੁੱਢਲਾ ਫਰਜ਼ ਹੈ, ਚੁਣੀ ਇਸੇ ਕਰਕੇ ਜਾਂਦੇ ਸਰਕਾਰ ਹੁੰਦੀ ਹੈ, ਪੀਐਮ ਸਭ ਸਾਡਾ ਪੀਐਮ ਸਾਡਾ ਲੈਣੇਦਾਰਾ ਭਰਦਾ, ਉਹ ਲੈਣੇਦਾਰ ਨੂੰ ਉਸਦਾ ਫਰਜ਼ ਬਣਦਾ ਕਿ ਪਰਿਵਾਰ ਨੂੰ ਬਚਾਵੇ, ਉਹ ਪਰਿਵਾਰ ਦਾ ਮੈਂਬਰ ਕੋਈ ਦੁਖੀ ਹੈ ਉਸ ਨੂੰ ਬਚਾਵੇ, ਉਹਦਾ ਫਰਜ਼ ਬਣਦਾ, ਉਹ ਪਤਾ ਨੀ ਕੀ ਗੱਲ ਆ। ਦੂਜੇ ਪਾਸੇ ਕਹਿਤਾ ਰਕੇਸ਼ ਟਕੈਤ ਨੇ ਉਹਨੇ ਕਿਹਾ ਕਿ ਇਹ ਜਿਹੜਾ ਜਿਵੇਂ ਚੱਲ ਰਹੀ ਹੈ ਨਾ ਭਾਜਪਾ ਯੂਪੀ ਦੇ ਵਿੱਚ ਜਿਵੇਂ ਕੰਮ ਕਰ ਰਹੀ ਹੈ ਭਾਜਪਾ, ਇਹ ਮੈਨੂੰ ਲੱਗਦਾ ਨੀ ਵੀ ਕਿਹੜਾ ਮੁਰਾ ਠੀਕ ਹੈ, ਇਹਦੇ ਅੰਦਰ ਪਾਪ ਹੈ ਕੋਈ। ਉਹਨਾਂ ਨੇ ਆਪਣੇ ਕਿਸਾਨਾਂ ਆਗੂਆਂ ਨੂੰ ਸੱਦਾ ਦਿੱਤਾ ਕਿ ਤੁਸੀਂ ਜਿੱਥੇ ਵੀ ਬੈਠੇ ਹੋ, ਜਿੱਥੇ ਵੀ ਉਹਨਾਂ ਦੀ ਚੋਣਾਂ ਹੋ ਗਈਆਂ, ਜਿੱਥੇ ਵੀ ਜੋ ਸਟਰਾਂਗ ਰੂਮ ਬਣੇ ਹੋਏ ਆ, ਵੋਟਾਂ ਦੀ ਮਸ਼ੀਨਾਂ ਪਈਆਂ ਨੇ, ਤੁਸੀਂ ਧਿਆਨ ਰੱਖੋ, ਇਹਨਾਂ ਦਾ ਕੋਈ ਇਤਬਾਰ ਨਹੀਂ ਹੈਗਾ ਭਾਜਪਾ ਵਾਲਿਆਂ ਦਾ ਕੁਝ ਵੀ ਕਰ ਸਕਦੇ, ਜਿੰਨੇ ਕਿ ਇਹ ਇੰਨੀ ਗਿਰ ਚੁੱਕੇ ਆ, ਹੇਠਾਂ ਆ ਚੁੱਕੇ ਆ ਹਰ ਗੱਲ ਤੇ, ਤਾਂ ਤੁਸੀਂ ਇਹਨਾਂ ਦਾ ਇਤਬਾਰ ਨਾ ਕਰਿਓ, ਕੋਸ਼ਿਸ਼ ਕਰਿਓ ਕਿ ਪਹਿਲਾਂ ਤੁਸੀਂ 9 ਤਰੀਕ ਨੂੰ ਤੁਸੀਂ ਸ਼ਾਮ ਨੂੰ ਬਹਿ ਜਾਓ ਉੱਥੇ ਆਪਣਾ ਜਿਹੜੀਆਂ ਸਟਰਾਂਗ ਰੂਮ ਹੈਗੇ ਆ, ਵੀ ਇਹ ਕਿਤੇ ਵੀ ਘਪਲਾ ਕਰ ਸਕਦੇ। ਦੂਜੇ ਪਾਸੇ ਉਹਨਾਂ ਨੇ ਚੋਣਾਂ ਬਾਰੇ ਇਹ ਵੀ ਆਖਿਆ ਗੱਲ ਚੱਲ ਜੀ। ਲਓ ਮੇਰੇ ਨਾਲ ਕਾਲਰ ਨੇ, ਦੇਖਦੇ ਆ ਕੀ ਕਹਿਣਾ ਚਾਹੁੰਦੇ। ਵੈਲਕਮ ਜੀ, ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਮੈਂ ਕਿਹਾ ਆਪਣੇ ਵਿਦੇਸ਼ ਮੰਤਰੀ ਕੋਈ ਹੈ ਨੀ, ਮੈਂ ਕਿਹਾ ਵਿਦੇਸ਼ ਮੰਤਰੀ ਦੀ ਕੋਈ ਭੂਮਿਕਾ ਨੀ, ਇੱਕੋ ਬੰਦਾ ਮੋਦੀ ਸਾਰੇ ਕੰਮ ਕਰੀ ਜਾਂਦਾ, ਡਿਫੈਂਸ ਦਾ ਵੀ, ਵਿਦੇਸ਼ ਮੰਤਰੀ ਵਾਲੇ ਦੇ ਇੱਕ ਮਹਿਕਮੇ ਦੇ, ਜਾਣੀ ਕਿ ਅੱਗੇ ਸੁਸ਼ਮਾ ਸਵਰਾਜ ਹੁੰਦੀ ਸੀ ਜਿਹੜੀ ਬਹੁਤ ਜਾਣੀ ਕਿ ਉਹ ਏਦਾਂ ਮਸ਼ਹੂਰ ਸੀ, ਜਾਣੀ ਕਿ ਦੇਸ਼ਾਂ 'ਚ ਜਾਂਦੀ ਸੀ ਸਾਰੇ। ਵਿਦੇਸ਼ ਮੰਤਰੀ ਦਾ ਇਹ ਵਾਕਿਆ ਤੁਸੀਂ ਸਹੀ ਪੁਆਇੰਟ ਫੜਿਆ। ਹਾਂਜੀ ਜੀਦਾ ਸਾਹਿਬ, ਹੁਣ ਕਦੀ ਕੋਈ ਵਿਦੇਸ਼ ਮੰਤਰੀ ਗੱਲ ਦਾਦਾ ਮੋਦੀ ਸਾਹਿਬ ਆਇਆ ਕੋਈ ਵਿਦੇਸ਼ ਮੰਤਰੀ ਦਾ? ਨਹੀਂ, ਮੈਂ ਤੇ ਉਦਨ ਵੀ ਬੜਾ ਮਤਲਬ ਅਚੰਭੇ ਦੇ ਵਿੱਚ ਸਾ ਜਿੱਦਣ ਪ੍ਰਧਾਨ ਮੰਤਰੀ ਸਾਹਿਬ ਰਾਸ਼ਟਰਪਤੀ ਸਾਹਿਬ ਨੂੰ ਮੁਲਾਕਾਤ ਕਰਨ ਗਏ ਨੇ ਇਸ ਮਸਲੇ ਦੇ ਉੱਤੇ, ਬੜਾ ਅਚੰਭਾ ਸੀ ਉਹ। ਹਾਂਜੀ, ਉਹ ਵੀ ਮੇਰੇ ਖਿਆਲ 'ਚ ਇੰਨੇ ਟਰਮਨ ਦੇ ਵਿੱਚ ਜਿਹੜਾ ਪਹਿਲੀ ਵਾਰੀ ਹੋਊਗਾ ਕਿ ਰਾਸ਼ਟਰਪਤੀ ਸਾਹਿਬ ਨੂੰ, ਨਹੀਂ ਤਾਂ ਉਹ ਸਾਦ ਹੀ ਲੈਂਦੇ ਹੁੰਦੇ ਵੀ ਇੱਥੇ ਹਾਜ਼ਰ ਹੋਵੋ। ਹਾਂਜੀ, ਕਿੱਥੇ ਰਾਸ਼ਟਰਪਤੀ ਸਾਹਿਬ ਪਹਿਲੀ ਵਾਰ ਮੀਡੀਆ ਵਿੱਚ ਆਉਣਾ ਚਾਹੁੰਦਾ ਸਰ, ਮੀਡੀਆ ਵਿੱਚ ਖਬਰ ਲਾਉਣੀ ਸੀ ਮੋਦੀ ਜੀ ਨੇ, ਇਹ ਬੜਾ ਚਿੰਤਤ ਹੈਗੇ ਆ ਮੋਦੀ ਜੀ, ਬਹੁਤ ਚਿੰਤਾ ਹੈਗੇ ਨੇ। ਖੈਰ ਸਾਡੇ ਤਾਂ ਲੈਣੇਦਾਰ ਨੇ ਚਾਹੁੰਦਾ ਸਭ ਸੰਤਾਂ, ਜੇਕਰ ਕਹਿੰਦੇ ਮਾੜਾ ਘਰ ਦਾ ਲੈਣੇਦਾਰੀ ਵੀ ਹੋ ਜਾਵੇ ਤਾਂ ਵੀ ਕੱਟਣਾ ਪੈਂਦਾ ਪਰਿਵਾਰ ਨੂੰ, ਅਸੀਂ ਤਾਂ ਮਤਲਬ ਜਿਵੇਂ ਵੀ ਹੈਗੇ ਸੁਣ ਹੀ ਰਿਹਾ ਸਾਰਾ ਕੁਛ, ਇਤਿਹਾਸ ਬਣ ਰਿਹਾ ਚਾਵਲਾ ਸਾਹਿਬ, ਤੇ ਕਰਨੀ ਪੈਣਾ। ਵਿਦੇਸ਼ ਮੰਤਰੀ ਕਿੱਥੇ ਆ, ਗਾਇਬ ਆ, ਅਸਲ 'ਚ ਇੱਕ ਚਿਹਰਾ ਉਭਾਰਿਆ ਜਾ ਰਿਹਾ, ਇੱਕ ਚਿਹਰਾ ਉਭਾਰ ਰਹੇ ਨੇ, ਤੇ ਉਸ ਚਿਹਰੇ ਨੂੰ ਉਭਾਰ, ਭਾਵੇਂ ਕਿ ਪੱਛਮੀ ਬੰਗਾਲ ਦੇ ਵਿੱਚ ਚਿਹਰਾ ਬਹੁਤ ਜ਼ਿਆਦਾ ਤੈਸ਼ਨਾ ਸ਼ੁਗਰ ਹੋ ਚੁੱਕਿਆ ਸੀ, ਉਹਨਾਂ ਨੇ ਬਾਅਦ 'ਚ ਕਹਿਤਾ ਸੀ ਬੀਜੇਪੀ ਨੇ, ਆਰ ਐਸ ਐਸ ਨੇ ਵੀ ਕਿਹਾ ਸੀਗਾ ਆਪਾਂ ਅਗਲੀਆਂ ਚੋਣਾਂ ਮੋਦੀ ਜਿਹੜੀਆਂ ਖੇਤਰੀ ਚੋਣਾਂ ਹੋਣਗੀਆਂ ਉਹ ਮੋਦੀ ਦਾ ਚਿਹਰਾ ਨੀ ਆਪਾਂ ਲੈ ਕੇ ਜਾਵਾਂਗੇ ਅੱਗੇ, ਪਰ ਮਜਬੂਰੀ ਆ, ਹੋਰ ਚਿਹਰਾ ਕੋਈ ਹੈ ਵੀ ਨੀ ਗਾ ਮੋਦੀ ਤੋਂ ਬਿਨਾਂ ਭਾਜਪਾ ਕੋਲੇ, ਇਸ ਕਰਕੇ ਉਸ ਨੂੰ ਪ੍ਰਚਾਰ ਰਿਹਾ ਚਾਵਲਾ ਸਾਹਿਬ ਜੀ। 9058131320 9058131320। ਔਰ ਕੇਂਦਰ ਦਾ ਪੰਜਾਬ ਤੇ ਇੱਕ ਹੋਰ ਹਮਲਾ, ਚਲੋ ਹੁਣ ਬਾਦਲਾਂ ਨੂੰ ਮੌਕਾ ਮਿਲ ਜੂਗਾ। ਹਾਂਜੀ, ਕਿਸੇ ਕਲਾਕਾਰ ਨੂੰ ਲੈਣੀ ਤੂੰ ਸਾਡੇ ਨਾਲ ਕੀਤੀ, ਬੜੇ ਹਿਸਾਬ ਨਾਲ ਕੀਤੀ, ਜਿਵੇਂ ਅੱਜ ਤੱਕ ਦਿੱਲੀ ਨੇ ਪੰਜਾਬ ਨਾਲ ਕੀਤੀ, ਇਹ ਹੁਣ ਅੰਗਰੇਜ਼ ਅਲੀ ਨੇ ਬੜਾ ਸੋਹਣਾ ਗਾਇਆ ਸੀ। ਅੱਛਾ, ਹੁਣ ਮੈਨੂੰ ਲੱਗਦਾ ਕਿ ਸਾਡੇ ਸ਼੍ਰੋਮਣੀ ਅਕਾਲੀ ਦਲ ਵਾਲਿਆਂ ਨੂੰ ਗੀਤ ਗਾਉਣਾ ਪਊਗਾ, ਕਿਉਂਕਿ ਉਹਨਾਂ ਨੂੰ ਹੁਣ ਜਦੋਂ ਸੱਤਾ ਤੋਂ ਬਾਹਰ ਹੋਣ ਤਾਂ ਫਿਰ ਇਹ ਜਿਹੜੀ ਇਹ ਸੁਰ ਉਹਨਾਂ ਦੀ ਜਿਹੜੀ ਉੱਚੀ ਹੋ ਜਾਂਦੀ ਹੁੰਦੀ। ਕੇਂਦਰ ਦਾ ਪੰਜਾਬ 'ਤੇ ਇੱਕ ਹੋਰ ਹਮਲਾ, ਅਖਬਾਰ ਕਹਿੰਦਾ ਕਿ ਕੇਂਦਰ ਨੇ ਪੰਜਾਬ 'ਤੇ ਦਿਹਾਤੀ ਵਿਕਾਸ ਫੰਡ ਦੇ 1100 ਕਰੋੜ ਰੁਪਏ ਰੋਕੇ ਨੇ, ਕੀ ਕਾਰਨ ਰੋਕਣ ਦਾ? ਚਾਵਲਾ ਸਾਹਿਬ, ਅਸਲ 'ਚ ਨਾ ਇੱਕ ਐਕਟ ਪਾਸ ਕੀਤਾ ਸੀ ਇਹਨਾਂ ਨੇ ਜਿਹੜਾ ਕਿ ਦਿਹਾਤੀ ਵਿਕਾਸ ਐਕਟ ਹੈਗਾ 1987। ਇਸ ਸੰਦਰਭ ਵਿੱਚ ਉਹ ਕਹਿੰਦੇ ਆ ਪੰਜਾਬ ਸਰਕਾਰ ਇਹਦੀ ਸੋਧ ਕਰੇ, ਇਸ ਨੂੰ ਜਿਹੜੇ ਤੁਹਾਡੀ, ਅਸੀਂ ਨਾ ਅਸਲ 'ਚ ਨਾ ਝੋਨੇ ਦੇ ਵਿੱਚ ਜਿਹੜੀ ਫਸਲ ਅਸੀਂ ਖਰੀਦਦੇ ਹਾਂ ਨਾ, ਉਹਦੇ ਵਿੱਚ ਪੰਜਾਬ ਸਰਕਾਰ ਨੂੰ 3% ਦੇ ਕਰੀਬ ਕਮਿਸ਼ਨ ਮਿਲਦਾ ਸਰਕਾਰ ਨੂੰ, ਤੇ ਉਹ ਸੰਦਰਭ ਵਿੱਚ ਉਹ ਕਮਿਸ਼ਨ ਦੇਣਾ ਹੁੰਦਾ ਸਰਕਾਰ ਨੇ। 1100 ਕਰੋੜ ਰੁਪਇਆ ਪੇਂਡੂ ਵਿਕਾਸ ਫੰਡ ਜਾਰੀ ਕਰਨ ਦਾ ਪਿਆ ਕੇਂਦਰ ਸਰਕਾਰ ਕੋਲੇ, ਤੇ ਉਹਨੇ ਜਾਰੀ ਕਰਨਾ, ਉਹ ਕਰਨਾ ਹੁੰਦਾ, ਉਹ ਤਾਂ ਉਹਦੀ ਆਸ ਰੁਟੀਨ ਮੈਟਰ ਹੁੰਦਾ, ਉਹ ਕਰ ਹੀ ਦਿੰਦੇ ਹੁੰਦੇ ਆ, ਪਰ ਰੋਕ ਲਿਆ ਉਹਨਾਂ ਨੇ, ਕਹਿੰਦੇ ਵੀ ਪਹਿਲਾਂ ਤੁਸੀਂ ਇਸ ਐਕਟ ਵਿੱਚ ਸੋਧ ਕਰੋ, ਤੁਸੀਂ ਇਹਨੂੰ ਠੀਕ ਕਰੋ।
ਤੇ ਇਹ ਤੁਸੀਂ ਮਾਰਕਟ ਫੀਸ ਵਸੂਲਦੇ ਹੋ, ਇਹ ਸਰਵ ਕਰਦੇ ਹੋ, ਪਹਿਲਾਂ ਇਹ ਜਿਹੜਾ ਐਕਟ ਹੈਗਾ ਇਹਨੂੰ ਦੁਬਾਰਾ ਸੈੱਟ ਕਰੋ। ਉਹ ਆਪਣੇ ਮੁਤਾਬਕ ਐਕਟ ਬਣਾਉਣਾ ਚਾਹੁੰਦੀ ਹੈ ਜਿਹੜੀ ਬੀਜੇਪੀ ਸਰਕਾਰ ਹੈਗੀ ਆ, ਵੀ ਵਿਦਿਆਰਥੀ ਵਿਕਾਸ ਫੰਡ ਜਿਹੜਾ ਹੈਗਾ ਅਸੀਂ ਆਪਣੇ ਤਰੀਕੇ ਨਾਲ ਦੇਣਾ ਚਾਹੁੰਦੇ ਹਾਂ। ਉਹਦੇ ਵਿੱਚ ਖੈਰ ਫਾਇਦੇ ਵੀ ਹੈਗੇ ਆ ਕੁੱਝ ਰਾਜ ਸਰਕਾਰ ਦੇ, ਪਰ ਜ਼ਿਆਦਾਤਰ ਉਹ ਕਬਜ਼ਾ ਜਿਹੜਾ ਕਿ ਕੇਂਦਰ ਸਰਕਾਰ ਆਪਣੇ ਹੱਥ ਕਰਨਾ ਚਾਹੁੰਦੀ ਆ। ਵੈਸੇ ਰੁਕ ਨਹੀਂ ਸਕਦੀ ਕੇਂਦਰ ਸਰਕਾਰ ਇਹ ਵਿਦਿਆਰਥੀ ਵਿਕਾਸ ਫੰਡ ਹੁੰਦਾ, ਪਰ ਮਰਜ਼ੀ ਆ ਜੀ ਕੇਂਦਰ ਸਰਕਾਰ ਦੀ, ਕੁਛ ਵੀ ਕਰ ਸਕਦੀ ਆ। ਰੋਕ ਰਹੀ ਆ ਪਹਿਲਾਂ ਵੀ GST ਦਾ ਰੋਕਿਆ ਪਿਆ ਤੇ ਉਹਨੇ, ਤੇ ਹੋਰ ਵੀ ਫੰਡ ਕਈ ਰੋਕ ਲੈਂਦੀ ਆ ਕੇਂਦਰ ਸਰਕਾਰ। ਚਾਵਲਾ ਸਾਹਿਬ ਜੀ, ਇਸੇ ਤਾਂ ਚਲੋ ਤੁਸੀਂ ਸਾਰਿਆਂ ਨੇ ਸੁਣ ਲਈ ਆ, ਸਾਡੇ ਦੋਸਤਾਂ ਮਿੱਤਰਾਂ ਨੇ ਪੜ੍ਹ ਵੀ ਲਈ ਹੋਣੀ ਆ। ਸੋਸ਼ਲ ਨੈਟਵਰਕ ਮੀਡੀਆ ਬੜਾ ਜ਼ਿਆਦੀਆਂ ਐਡਵਾਂਸ ਖਬਰਾਂ ਜਿਹੜੀਆਂ ਉੱਤੇ ਆ ਵੀ ਜਾਂਦੀਆਂ ਨੇ, ਪਰ ਕਈ ਵਾਰੀ ਉਹ ਝੂਠੀਆਂ ਵੀ ਹੁੰਦੀਆਂ ਨੇ। ਕਈ ਵਾਰੀ ਖਬਰ ਕੋਈ ਹੋਰ ਹੁੰਦੀ ਹੈ, ਥੱਲੇ ਕੁਝ ਹੋਰ ਹੁੰਦਾ, ਪੁੱਟਿਆ ਪਹਾੜ 'ਤੇ ਨਿਕਲਿਆ ਚੂਹਾ ਵਾਲੀ ਗੱਲ ਹੁੰਦੀ ਹੈ, ਪਰ ਆਹ ਖਬਰ ਜਿਹੜੀ ਹੈ ਇਹ ਪੁਖਤਾ ਹੈ ਕਿ ਡੈਮਾਂ ਦੀ ਸੁਰੱਖਿਆ ਲਈ ਸੂਬੇ ਦੀ ਪੁਲਿਸ ਨੂੰ ਲਾਂਭੇ ਕਰ ਦਿੱਤਾ ਹੈ, ਕੇਂਦਰੀ ਸੁਰੱਖਿਆ ਬਲ ਕਰਨਗੇ ਸੁਰੱਖਿਆ। 824 ਮੁਲਾਜ਼ਮਾਂ ਦੀ ਤੈਨਾਤੀ ਨੂੰ ਪ੍ਰਵਾਨਗੀ ਦਿੱਤੀ ਗਈ ਹੈ, ਇਹਦੇ ਉੱਤੇ ਕੀ ਪ੍ਰਤੀਕਰਮ ਰਿਹਾ ਰਾਜਨੀਤਿਕ ਪਾਰਟੀਆਂ ਦਾ? ਅਸਲ 'ਚ ਨਾ ਹੁਣ ਤੱਕ ਇਹਦਾ ਸੁਨੀਲ ਜਾਖੜ ਦਾ ਬਿਆਨ ਆਇਆ ਕਿ ਬਹੁਤ ਵੱਡੀ ਸਾਜਿਸ਼ ਹੈਗੀ ਹੈ। ਚੰਦੂ ਮਹਾਰਾਜ ਸਾਹਿਬ ਕਹਿੰਦੇ ਆ ਇਹ ਸਾਡੇ ਹੱਕਾਂ ਉੱਤੇ ਡਾਕਾ ਹੈਗਾ, ਪੰਜਾਬ ਦੇ ਹੱਕਾਂ ਉੱਤੇ, ਵੀ ਏਦਾਂ ਹੁਣ ਕਰ ਰਹੀ ਹੈ ਸਾਰਾ ਕੁਛ ਆਪਣੇ ਕਬਜ਼ੇ ਵਿੱਚ। ਕਹਿੰਦੇ UP ਬਣਾਉਣਾ ਚਾਹੁੰਦੇ ਆ ਪੰਜਾਬ ਨੂੰ, ਜਿੱਦਾਂ ਉੱਥੇ ਕੀਤਾ ਨਾ ਜੰਮੂ ਕਸ਼ਮੀਰ ਦੇ ਵਿੱਚ, ਉਹੀ ਹਾਲ ਪੰਜਾਬ ਦੇ ਵਿੱਚ ਵੀ ਕਰਨਾ ਚਾਹੁੰਦੇ ਆ। ਪੰਜਾਬ ਨੂੰ ਆਪਣੇ ਕਬਜ਼ੇ 'ਚ ਕਰਨਾ ਚਾਹੁੰਦੇ ਆ ਭਾਜਪਾ, ਕਿਸੇ ਵੀ ਤਰੀਕੇ ਨਾਲ ਕੇਂਦਰ ਸਰਕਾਰ ਦੇ ਕਬਜ਼ੇ ਕਰਨਾ ਚਾਹੁੰਦੀ ਆ। ਇਹ ਕਾਫੀ ਉੱਠਿਆ ਚਾਵਲਾ ਸਾਹਿਬ, ਅਸਲ 'ਚ ਡੈਮਾਂ ਦੀ ਸੁਰੱਖਿਆ ਪਹਿਲਾਂ ਹਿਮਾਚਲ ਸਰਕਾਰ ਤੇ ਪੰਜਾਬ ਦੀ ਸਰਕਾਰ ਦੇ ਜਿਹੜੇ ਪੁਲਿਸ ਵਾਲੇ ਮੁਲਾਜ਼ਮ ਸੀਗੇ ਉਹ ਕਰ ਰਹੇ ਸੀਗੇ ਤੇ ਲਗਾਤਾਰ ਕਰਦੇ ਆ ਰਹੇ ਸੀਗੇ। ਇਹਨਾਂ ਨੇ ਕੀ ਕੀਤਾ, ਇੱਕ ਪਿਛਲੇ ਲੋਕ ਸਭਾ ਦੇ ਵਿੱਚ ਨਾ ਇੱਕ ਐਕਟ, ਇੱਕ ਬਿੱਲ ਪਾਸ ਕੀਤਾ ਸੁਰੱਖਿਆ ਨੂੰ ਲੈ ਕੇ। ਪੂਰੇ ਭਾਰਤ ਵਿੱਚ ਜਿਹਦੇ ਜਿੱਥੇ ਜਿੱਥੇ ਡੈਮ ਹੈਗੇ ਨੇ ਉਹ ਸਾਰੇ ਡੈਮਾਂ ਦੀ ਸੁਰੱਖਿਆ ਵਾਸਤੇ ਉਹਨੇ ਕਿਹਾ ਕੇਂਦਰੀ ਏਜੰਸੀਆਂ ਹੀ ਇਸ ਨੂੰ ਕਰਨਗੀਆਂ ਕੰਮ। ਤੇ ਉਸ ਸੰਬੰਧ ਵਿੱਚ ਪੱਛਮੀ ਬੰਗਾਲ ਨੇ ਉਸ ਟਾਈਮ ਬਹੁਤ TMC ਨੇ ਬਹੁਤ ਜ਼ਿਆਦਾ ਵਿਰੋਧਤਾ ਪ੍ਰਗਟਾਈ ਸੀ ਇਸ ਮੁੱਦੇ ਤੇ ਕਿ ਇਹ ਤੁਸੀਂ ਆਪਣੇ ਕਬਜ਼ੇ 'ਚ ਲੈ ਕੇ ਤਾਂ ਮਤਲਬ ਸਾਰਾ ਪਾਣੀਆਂ ਦਾ ਮੁੱਦਾ ਆਪਣੇ ਕਬਜ਼ੇ ਲੈਣ ਲੱਗੇ ਹੋ, ਇਹ ਤੁਸੀਂ ਗਲਤ ਕਰ ਰਹੇ ਹੋ। ਤੇ ਪਰ ਕਿਤੇ ਪੰਜਾਬ ਵੱਲੋਂ ਕੋਈ ਐਡੀ ਹਾਕ ਨਹੀਂ ਵੱਜੀ ਸੀਗੀ ਤੇ ਉਹ ਸਰ ਪੰਜਾਬ ਲੜਾ ਸੀਗਾ ਸਾਡੇ ਉੱਪਰ ਨਹੀਂ ਇਸ ਤਰ੍ਹਾਂ ਦਾ ਹੋਵੇਗਾ। ਤੇ ਪਰ ਹੁਣ ਆ ਗਿਆ ਸਾਹਮਣੇ ਵੀ ਸਾਰੇ ਜਿਹੜੇ ਡੈਮਾਂ ਦੇ ਉੱਪਰ ਜੋ ਵੀ ਸੀਗੀ ਫੋਰਸ ਉਹ ਸਾਰੀ ਪੰਜਾਬ ਦੀ ਤੇ ਹਿਮਾਚਲ ਦੀ ਵਾਪਸ ਕਰ ਦਿੱਤੀ ਆ। ਤੇ ਹੁਣ ਜਿਹੜਾ ਹੈਗਾ ਉੱਥੇ ਕੇਂਦਰੀ ਏਜੰਸੀ, ਸੁਰੱਖਿਆ ਏਜੰਸੀ ਦੇ ਮੁਲਾਜ਼ਮ ਕੰਮ ਕਰਨਗੇ ਉੱਥੇ, ਉਹ ਸੁਰੱਖਿਆ ਦੇਖਣਗੇ। ਤੇ ਉਹ ਕੇਂਦਰ ਸਰਕਾਰ ਕਹਿੰਦੀ ਆ ਕਿ ਸਾਨੂੰ ਇਹਨਾਂ ਡੈਮਾਂ ਦੇ ਉੱਪਰ ਖਤਰਾ ਬਣਿਆ ਹੋਇਆ, ਜਿਹੜੇ ਬਾਹਰੀ ਮੁਲਕ ਹੈਗੇ ਆ ਡੈਮਾਂ ਦੇ ਉੱਪਰ ਅਟੈਕ ਕਰਕੇ ਸਾਨੂੰ ਨੁਕਸਾਨ ਪਹੁੰਚਾ ਸਕਦੇ ਆ, ਇਸ ਕਰਕੇ ਸਟੇਟ ਪੁਲਿਸ ਤੋਂ ਜ਼ਿਆਦਾ ਕੇਂਦਰੀ ਸੁਰੱਖਿਆ ਏਜੰਸੀ ਇਹਦੇ ਵੱਧ ਧਿਆਨ ਦੇਵੇਗੀ, ਵੱਧ ਕੰਮ ਕਰੇਗੀ। ਚਾਵਲਾ ਸਾਹਿਬ, ਅੱਛਾ ਪੱਛਮੀ ਬੰਗਾਲ ਦੇ ਵਿੱਚ ਨਗਰ ਨਿਗਮ ਪਾਲਿਕਾ ਚੋਣਾਂ ਹੋਈਆਂ ਨੇ, ਉੱਥੇ ਭਾਜਪਾ ਬਿਲਕੁਲ ਸਾਫ਼ ਹੋਈ ਹੈ, 108 ਸੀਟਾਂ ਵਿੱਚੋਂ TMC ਨੇ 102 ਜਿੱਤ ਲਈਆਂ ਨੇ। ਇਹ ਆਪਣੇ ਆਪ 'ਚ ਹੀ ਵੱਡਾ ਮੁੱਦਾ ਕਿ ਸੋਚਣਾ ਭਾਜਪਾ ਉੱਥੇ ਚਾਵਲਾ ਸਾਹਿਬ ਬੜਾ ਜ਼ੋਰ ਲਾਇਆ ਭਾਜਪਾ ਨੇ, ਐਵੇਂ ਨਹੀਂ ਕੋਈ ਗੱਲ ਹੁੰਦੀ ਵੀ ਇਹ ਨਗਰ ਪਾਲਿਕਾ ਦੀਆਂ ਚੋਣਾਂ ਜਿਹੜੀਆਂ ਨੇ ਆਮ ਨਹੀਂ ਮੰਨੀਆਂ ਜਾ ਸਕਦੀਆਂ ਕਿਉਂਕਿ ਇੰਨੇ ਹੀ ਰਾਜਨੀਤੀ ਤੈਅ ਕਰਨੀ ਹੁੰਦੀ ਹੈ, ਹਰ ਬੰਦੇ ਦਾ ਰਾਜਨੀਤਿਕ ਵੱਡੀ ਗੱਲ ਬੜੀ ਵੱਡੀ ਗੱਲ, ਨਗਰ ਪਾਲਿਕਾ ਨੇ ਬੜਾ ਵੱਡਾ ਕੰਮ ਕਰਨਾ ਹੁੰਦਾ। ਬੇਸ਼ੱਕ ਕਹਿੰਦੇ ਆ ਸਰਕਾਰ ਦੇ ਹਿੱਤ ਵਿੱਚ ਹੀ ਭੁਗਤ ਦਿੰਦੇ ਆ ਲੋਕ ਤੇ ਏਦਾਂ ਲੋਕਾਂ 'ਚ ਧਾਰਨਾ ਹੁੰਦੀ ਹੈ, BJP ਵੀ ਇਹੀ ਪੱਖ ਰੱਖ ਰਹੀ ਹੈ ਕਿ ਸਰਕਾਰ ਆ ਉੱਥੇ, ਸਰਕਾਰ ਦੇ ਪੱਖ ਵਿੱਚ ਲੋਕਾਂ ਨੇ ਭੁਗਤਣਾ ਹੈਗਾ। ਪਰ ਜਿਵੇਂ ਜਿਵੇਂ ਨਾ TMC ਦਾ ਉੱਥੇ ਵਧਿਆ ਕੰਮ ਹੈਗਾ ਚਾਵਲਾ ਸਾਹਿਬ, ਲੋਕਾਂ ਦੇ ਵਿੱਚ ਪ੍ਰਭਾਵ ਵਧਿਆ, ਜਿਹੜੇ ਲੋਕ ਛੱਡ ਕੇ TMC ਨੂੰ ਚਲੇ ਗਏ ਸੀ ਭਾਜਪਾ ਦੇ ਵਿੱਚ, ਉਹਨਾਂ ਲੋਕਾਂ ਨੇ ਮੁੜ ਕੇ ਫਿਰ TMC ਵੱਲ ਹੀ ਜਾਣਾ ਕੀਤਾ, ਉਹ ਗਏ ਨੇ ਉੱਧਰ ਮੁੜ ਕੇ। ਚਲੋ ਦੂਜਾ ਪਾਸਾ, ਇੱਕ ਵੀ ਸੀਟ ਨਹੀਂ ਆਈ ਚਾਵਲਾ ਸਾਹਿਬ ਜੀ, ਦੂਜਾ ਪਾਸਾ ਚਲੋ ਮੰਨ ਲਓ ਵੀ ਸਰਕਾਰ ਦੇ ਹੱਕ ਹੀ ਜਾਣਾ ਹੁੰਦਾ, UP ਦੇ ਵਿੱਚ ਤਾਂ ਇਹਨਾਂ ਦੀ ਸਰਕਾਰ ਹੀ ਆ ਨਾ, ਉੱਥੇ ਤਾਂ ਇਹਨਾਂ ਦੀ ਆ ਨਾ, RSS ਮੈਦਾਨ ਦੇ ਵਿੱਚ ਇਹਨਾਂ ਦੇ ਹੱਕ ਦੇ ਵਿੱਚ ਆਈ ਹੈ, ਸ਼ਰੇਆਮ ਆਈ ਹੈ, ਧਰਮ ਦਾ ਪੱਤਾ ਵੱਡਾ ਖੇਡਿਆ ਜਾ ਰਿਹਾ। ਗੋਰਖਪੁਰ ਤੇ ਵਾਰਾਣਸੀ ਸੀਟ ਬਚਾਉਣ ਲਈ ਸੰਘ ਨੇ 27,000 ਬੂਥਾਂ ਤੇ ਸਵੈਮ ਸੇਵਕ ਤਾਇਨਾਤ ਕਰ ਦਿੱਤੇ ਨੇ, ਇਹਨੂੰ ਕਿਸ ਸੰਦਰਭ ਚ ਲੈਂਦੇ ਹੋ? ਬੜੀ ਵੱਡੀ ਗੱਲ ਚਾਵਲਾ ਸਾਹਿਬ, ਅਸਲ 'ਚ RSS ਪਹਿਲਾਂ ਕਹਿੰਦੀ ਸੀ ਅਸੀਂ ਨਹੀਂ ਕਿਸੇ ਦਾ ਪ੍ਰਚਾਰ ਕਰਦੇ, ਪਹਿਲਾਂ ਉਹਨਾਂ ਨੇ ਕਿਸੇ ਦੇ ਪੋਸਟਰ ਭੇਜੇ ਨੇ ਤੇ ਇਹ ਗੱਲ ਕੀਤੀ ਸੀ ਅਯੁੱਧਿਆ ਵਿੱਚ ਮੰਦਰ ਬਣਾਉਣ ਵਾਲੀ ਪਾਰਟੀ। ਬਿਲਕੁਲ ਉਸੇ ਤਰ੍ਹਾਂ ਆਈਆਂ ਜਿਵੇਂ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਸਾਡੇ ਪੰਥ ਰਤਨ ਕਹਿੰਦੇ ਕਿ ਅਸੀਂ ਦਖਲਅੰਦਾਜ਼ੀ ਨਹੀਂ ਕਰਦੇ, ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਿਹੜੇ ਨੇ ਗੁਰਮੁਖ ਅੰਮ੍ਰਿਤ ਛੱਕ ਕੇ ਜਿਹੜੇ ਉਹ ਕਹਿੰਦੇ ਸੀ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦਾ ਸਾਡਾ ਕੋਈ ਇਹੋ ਜਿਹਾ ਨਹੀਂ ਹੈਗਾ, ਸ਼ਰੇਆਮ ਝੂਠ ਹੈ ਨਾ। ਬਿਲਕੁਲ ਇਵੇਂ RSS ਕਿਵੇਂ ਮੰਨੀ ਜਾ ਸਕਦੀ ਹੈ ਗੱਲ, ਉਹਨਾਂ ਦੀ ਕੀ ਕਹਿਣਾ ਚਾਹੋਗੇ?
ਨਹੀਂ ਚਾਵਲਾ ਸਾਹਿਬ ਮੇਰੇ ਤੋਂ ਸਹੀ ਗੱਲ ਆ, ਜਿਹੜੇ ਆਰ ਐਸ ਐਸ ਦਾ ਇਸ ਚ ਗੋਰਖਪੁਰ ਸੀਟ ਤੇ ਵਾਰਾਣਸੀ ਕੋਈ ਚੁਣੀ ਇਹਨਾਂ ਨੇ, ਗੋਰਖਪੁਰ ਤੋਂ ਲੜ ਰਹੇ ਨੇ ਯੋਗੀ ਜੀ, ਵਾਰਾਣਸੀ ਦੇ ਉੱਪਰ ਜਿਹੜਾ ਕਿ ਮੋਦੀ ਜੀ ਦਾ ਇੱਕ ਤਰ੍ਹਾਂ ਦਾ ਇੱਕ ਕਿਰਦਾਰ ਹੈਗਾ ਉੱਥੇ, ਵੀ ਮੋਦੀ ਜੀ ਜਿਹੜੇ ਹੈਗੇ ਆ ਉਹਨਾਂ ਦੀ ਸੀਟ ਨਹੀਂ ਹਾਰਨੀ ਚਾਹੀਦੀ, ਦੋ ਸੀਟਾਂ ਦੇ ਉੱਪਰ ਇੱਕ, ਮਤਲਬ ਕਿ ਇਸ ਤੋਂ ਸਪਸ਼ਟ ਹੋ ਗਿਆ ਨਾ ਕਿ ਬੀਜੇਪੀ ਯੂਪੀ ਦੇ ਵਿੱਚ ਬੜੀ ਬੁਰੀ ਤਰ੍ਹਾਂ ਹੇਠਾਂ ਆ ਰਹੀ ਆ, ਉਹਨਾਂ ਨੂੰ ਗੋਰਖਪੁਰ ਸੀਟ ਤੇ ਵਾਰਾਣਸੀ ਸੀਟ ਨੂੰ ਬਚਾਉਣ ਵਾਸਤੇ ਆਰ ਐਸ ਐਸ ਦੇ ਸਵੰਧ ਸੇਵਕ ਸੰਘ ਲਗਾਏ ਜਾ ਰਹੇ 22000 ਬੁੱਤਾਂ ਦੇ। ਬੜੀ ਵੱਡੀ ਗੱਲ ਹੈ ਚਾਵਲਾ ਸਾਹਿਬ ਕਿ ਆਰ ਐਸ ਐਸ ਸਿੱਧੇ ਤੌਰ ਤੇ ਆ ਜਾਵੇ ਉੱਥੇ, ਹੁਣ ਤਾਂ ਕਹਿੰਦੇ ਵੀ ਅਸੀਂ ਹੈ ਨੀ ਗੇ, ਸਿੱਧੇ ਤੌਰ ਤੇ ਆਰ ਐਸ ਐਸ ਦੇ ਉੱਥੇ ਲਾ ਦਿੱਤੇ ਆ ਬੰਦੇ ਤੇ ਬੁੱਥਾਂ ਦੇ ਉੱਪਰ, ਤੇ ਇਹ ਦੋ ਸਿੱਟਾਂ ਬਚਾਉਣ ਵਾਸਤੇ ਕੰਮ, ਕਿਉਂਕਿ ਜਿਹੜਾ ਨਾ ਇਹ ਹੈਗਾ ਨਾ ਜੀ ਗੋਰਖਪੁਰ, ਗੋਰਖਪੁਰ ਦੇ ਵਿੱਚ ਜਿਹੜਾ ਭੀਮ ਆਰਮੀ ਵਾਲਾ ਬੰਦਾ ਚੰਦਰ ਸਿੱਖ ਹੈਗਾ ਉਹ ਜੋਗੀ ਦੇ ਖਿਲਾਫ ਚੋਣ ਲੜ ਰਿਹਾ ਤੇ ਬੜਾ ਧੂੰਆਂਧਾਰ ਪ੍ਰਚਾਰ ਕਰ ਰਿਹਾ ਉਹ, ਜੋਗੀ ਨੂੰ ਖੁਦ ਆ ਕੇ, ਜੋਗੀ ਖੁਦ ਆ ਕੇ ਰੋਡ ਜਿਹੜਾ ਰੋਡ ਸ਼ੋਅ ਹੁੰਦਾ ਕੱਢਣਾ ਪਿਆ ਤੇ ਜੋਗੀ ਨੂੰ ਖੁਦ ਆ ਕੇ ਕੁਛ ਐਲਾਨ ਇਹੋ ਜਿਹੇ ਕਰਨੇ ਪਏ ਜਿਹੜੇ ਇਲੈਕਸ਼ਨ ਕਮਿਸ਼ਨ ਨੇ ਅਜੇ ਤੱਕ ਨਹੀਂ ਉਹਨਾਂ ਦੇ ਲਿਆ ਸੰਗਿਆਨ ਲਿਆ, ਤੇ ਜੋਗੀ ਹਰ ਇੱਕ ਮਤ ਨੂੰ ਪਿੱਛੇ ਛੱਡ ਰਿਹਾ ਉਹ ਜਿੱਤਣ ਵਾਸਤੇ, ਤੇ ਉੱਥੇ ਸਵੰਧ ਸੇਵਕ ਸੰਘ ਵੀ ਆ ਗਿਆ ਜੀ। ਜੀ ਵੋਇਸ ਆਫ ਸਿਟੀਜ਼ 1320 AM ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, ਅਸੀਂ ਕਰ ਦਈਏ ਕਲੀਅਰ ਖਬਰ, ਸਾਡੇ ਵੀਰ ਨੇ ਟੈਕਸ ਭੇਜਿਆ ਕਿ ਮੈਨੂੰ ਪਤਾ ਹੈ ਕਿ ਉਹ ਜਿਹੜੀ ਸਾਡੀ ਮੀਟਿੰਗ ਵਾਲੀ ਗੱਲ ਚੱਲੀ ਜਿਹਦੇ ਵਿੱਚ ਭਾਰਤ ਨੇ ਨਹੀਂ ਵੋਟ ਕੀਤੀ, ਉਹ ਰੂਸ ਦੇ ਖਿਲਾਫ ਯੂਕਰੇਨ ਦੇ ਖਿਲਾਫ ਲੜਾਈ ਇਸ ਤਰ੍ਹਾਂ ਪੜਿਆ ਜਾਵੇ, ਜੇ ਤੁਸੀਂ ਪ੍ਰੋਪਰ ਪੜ੍ਹ ਲਿਆ ਤਾਂ ਠੀਕ ਹੈ, ਜੇ ਸਾਡੇ ਕੋਲ ਮਿਸਟੇਕ ਹੋਈ ਤਾਂ ਖਿਮਾ ਜਾ ਚੁੱਕਾ, ਪਰ ਯੂਕਰੇਨ ਦੇ ਖਿਲਾਫ ਜੋ ਰੂਸ ਨੇ ਕਦਮ ਚੁੱਕਿਆ ਉਹਦੇ ਖਿਲਾਫ ਵੋਟਿੰਗ ਹੋਈ ਹੈ। ਸੋ ਇਹ ਲਫ਼ਜ਼ ਇੱਧਰ ਵੀ ਲੱਗ ਜਾਂਦਾ ਅਤੇ ਇੱਧਰ ਵੀ ਲੱਗ ਜਾਂਦਾ, ਪਰ ਫਿਰ ਵੀ ਮਾਫ਼ੀ ਦੇ ਜਾ ਚੁੱਕਾ ਤੁਹਾਨੂੰ, ਜੇ ਸਮਝਣ ਦੇ ਵਿੱਚ ਜਾਂ ਸਾਡੇ ਕੋਲ ਬੋਲਣ ਦੇ ਵਿੱਚ ਗਲਤੀ, ਪਰ ਬਰੀਕੀ ਦੇ ਨਾਲ ਪ੍ਰੋਗਰਾਮ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ, ਮਿਹਰਬਾਨੀ ਕਿਦਾ ਸਾਹਿਬ, ਤੁਹਾਡਾ ਵੀ ਧੰਨਵਾਦ, ਸਤਿ ਸ਼੍ਰੀ ਅਕਾਲ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।